ਅੱਜ ਤੋਂ 2 ਮਹੀਨੇ ਦਾ ਸਮਾਂ ਬੀਤ ਗਿਆ। ਪਹਿਲਾਂ ਵੀ ਅਜਿਹਾ ਇੱਕ ਵਾਕਿਆ ਹੋਇਆ ਸੀਗਾ। ਉਦੋਂ ਇੱਕ ਕਾਰ ਸੀਗੀ, ਸਵਿਫਟ ਕਾਰ ਆ ਜਿਹੜੀ, ਉਹ ਦੁਕਾਨਾਂ ਦੇ ਵਿੱਚ ਵੜ ਗਈ ਸੀ। ਪਿੱਲਰ ਸੀਗੇ, ਸਰੀਆ ਦਿਖ ਰਿਹਾ, ਇੱਥੋਂ ਪਤਾ ਲੱਗ ਸਕਦਾ ਕਿ ਕਿੰਨੀ ਤੇਜ਼ ਸੀਗੀ ਇਹ ਗੱਡੀ। ਅਤੇ ਅੱਜ ਦੁੱਧ ਵਾਲਾ ਟੈਂਕਰ ਆ ਜਿਹੜਾ, ਟਰੱਕ ਹੈ, ਉਹ ਦੁਕਾਨਾਂ ਦੇ ਵਿੱਚ ਜਾ ਵੜਿਆ। ਲੈਂਟਰ ਤੱਕ ਬੀਮ ਤੱਕ ਹਿੱਲੇ ਪਏ ਨੇ ਜੀ, ਲੈਂਟਰ ਵੀ ਗਿਰਨ ਦੇ ਤਿਆਰ ਹੈ, ਗੱਡੀ ਦੇ ਸਹਾਰੇ ਖੜਾ ਲੈਂਟਰ ਵੀ ਦੁਕਾਨ ਦਾ। ਇਹ ਤੁਹਾਨੂੰ ਇੱਕ ਵਾਰ ਦਿਖਾ ਦਈਏ ਕਿਸ ਤਰ੍ਹਾਂ ਦਾ ਨੁਕਸਾਨ ਆ। ਪਿੱਲਰ ਨੇ ਜਿਹੜੇ ਉਹ ਟੁੱਟ ਚੁੱਕੇ ਨੇ ਬਿਲਕੁਲ, ਗੱਡੀ ਦੇ ਸਹਾਰੇ ਹੀ ਕਹਿੰਦੇ ਸਾਰੀ ਬਿਲਡਿੰਗ ਖੜੀ ਆ। ਜੇ ਗੱਡੀ ਇੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬਿਲਡਿੰਗ ਵੀ ਸਾਰੀ ਗਿਰ ਸਕਦੀ ਆ। ਇਹ ਗੱਡੀ ਦੁਕਾਨ ਦੇ ਅੰਦਰ ਵੜ ਚੁੱਕੀ ਆ, ਬਿਲਕੁਲ ਦੁਕਾਨ ਆ ਜਿਹੜੀ ਉਹ ਖਤਮ ਹੋ ਚੁੱਕੀ ਆ। ਤੁਸੀਂ ਦੇਖ ਰਹੇ ਹੋ ਤਸਵੀਰਾਂ, ਸੀਸਾ ਬਿਲਕੁਲ ਟੁੱਟ ਕੇ ਖਿਲਰਿਆ ਪਿਆ, ਇਹ ਸਾਰਾ ਸ਼ਟਰ ਟੁੱਟ ਚੁੱਕਿਆ ਹੈ। ਅਗਰ ਇਹ ਗੱਡੀ ਕੱਢਣ ਦੀ ਕੋਸ਼ਿਸ਼ ਕੀਤੀ ਜਾਊਗੀ ਤਾਂ ਮੇਰੇ ਸਾਥ ਇਹ ਹੋ ਸਕਦਾ ਵੀ ਸਾਰੀ ਬਿਲਡਿੰਗ ਗਿਰ ਜਾਵੇ। ਸਾਰੀ ਬਿਲਡਿੰਗ ਡਿੱਗ ਜਾਵੇ? ਹਾਂ, ਕਿਉਂਕਿ ਉੱਪਰ ਪਿੱਛੇ ਮਕਾਨ ਵੀ ਪਿਆ ਹੋਇਆ ਇਹਨਾਂ ਦਾ। ਆ ਮੈਂ ਦੇਖ ਰਿਹਾ ਵੀ ਪਤਾ ਨਹੀਂ ਇਹਨਾਂ ਨੂੰ ਕੀ ਕਾਹਲੀ ਲੱਗੀ ਹੈ। ਆ ਮਸ਼ੀਨ ਮੰਗਾ ਰੱਖੀ ਹੈ ਇਹਨਾਂ ਨੇ, ਕਰੇਨ ਮੰਗਾ ਰੱਖੀ ਹੈ ਵੀ ਇਹਨੂੰ ਅਸੀਂ ਗੱਡੀ ਨੂੰ ਕੱਢਣਾ ਹੈ। ਕੀ ਘਟਨਾ ਹੈ? ਪਹਿਲਾਂ ਵੀ ਨੁਕਸਾਨ ਹੋਇਆ ਸੀਗਾ, ਅਸੀਂ ਕਵਰ ਕਰਕੇ ਗਏ ਸੀਗੇ, ਅਤੇ ਦੁਬਾਰਾ ਫਿਰ ਉਹੀ ਤਰੀਕ ਨੂੰ, 28 ਤਰੀਕ ਨੂੰ ਫਿਰ ਉਹੀ ਨੁਕਸਾਨ ਹੋਇਆ ਹੈ। 1200 ਲੀਟਰ ਦੇ ਲਗਭਗ ਜੀ ਇਹਦੇ 'ਚ ਦੁੱਧ ਸੀਗਾ, ਉਹਦੇ ਕਰਕੇ ਵੀ ਜ਼ਿਆਦਾ ਹਿੱਟ ਬਹੁਤ ਦੱਬ ਕੇ ਕਰੀ ਹੈ। ਕੋਈ ਗੱਲ ਹੋਈ ਹੈ ਜੀ ਜਿਨ੍ਹਾਂ ਦੀ ਗੱਡੀ ਆ ਉਹਨਾਂ ਨਾਲ ਕੋਈ ਆਏ ਹੋਣਗੇ ਇੱਥੇ? ਹਾਂਜੀ, ਆਏ ਵੀ ਨੇ। ਵੈਸੇ ਕੀ ਕਹਿ ਰਹੇ ਨੇ ਉਹ? ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਜੋ ਵੀ ਹੋਊਗਾ ਸਾਨੂੰ ਦੱਸੋ ਤੁਸੀਂ, ਵੀ ਮੁਆਵਜ਼ਾ ਅਸੀਂ ਜੋ ਵੀ ਤੁਹਾਡਾ ਬੰਦ ਹੈ ਜੈਨੂਅਨ ਆ ਵੀ ਦੇਵਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਮਨਵਿੰਦਰ ਸਿੰਘ ਟਿਵਾਣਾ। ਇਸ ਸਮੇਂ ਅਸੀਂ ਨਾਭਾ ਦੀ ਸਬ ਤਹਿਸੀਲ ਭਾਦਸੋਂ ਦੇ ਵਿੱਚ ਖੜ੍ਹੇ ਹਾਂ। ਭਾਦਸੋਂ 'ਚ ਅਜਿਹਾ ਵਾਕਿਆ ਤੁਹਾਨੂੰ ਦਿਖਾ ਰਹੇ ਹਾਂ। ਅੱਜ ਤੋਂ 2 ਮਹੀਨੇ ਦਾ ਸਮਾਂ ਬੀਤ ਗਿਆ। ਪਹਿਲਾਂ ਵੀ ਅਜਿਹਾ ਇੱਕ ਵਾਕਿਆ ਹੋਇਆ ਸੀਗਾ। ਉਦੋਂ ਇੱਕ ਕਾਰ ਸੀਗੀ, ਸਵਿਫਟ ਕਾਰ ਆ ਜਿਹੜੀ, ਉਹ ਦੁਕਾਨਾਂ ਦੇ ਵਿੱਚ ਵੜ ਗਈ ਸੀ। ਅਤੇ ਅੱਜ ਦੁੱਧ ਵਾਲਾ ਟੈਂਕਰ ਆ ਜਿਹੜਾ, ਟਰੱਕ ਹੈ, ਉਹ ਦੁਕਾਨਾਂ ਦੇ ਵਿੱਚ ਜਾ ਵੜਿਆ। ਕਿਸ ਤਰ੍ਹਾਂ ਕੀ ਗੱਲ ਹੋਈ ਆ ਉਹ ਸਾਰੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਕਿਉਂ ਇਹ ਹੋ ਰਿਹਾ? ਇਹ ਰਾਤ ਦਾ ਸਮਾਂ ਸੀਗਾ, ਕਹਿੰਦੇ 1:30 ਵਜੇ ਦਾ ਜਦੋਂ ਇਹ ਵਾਕਿਆ ਹੋਇਆ ਹੈ। ਪਹਿਲਾਂ ਤਾਂ ਇਹ ਰੋਡ ਦਿਖਾ ਦਿਓ ਜੀ, ਇਹ ਰੋਡ ਆ ਜਿਹੜਾ ਸਿੱਧਾ ਨਾਭੇ ਤੋਂ ਆ ਰਿਹਾ ਹੈ। ਪਹਿਲਾਂ ਤਾਂ ਸਾਡੇ ਲੋਕ ਦੁਹਾਈਆਂ ਦਿੰਦੇ ਨੇ ਕਿ ਰੋਡ ਠੀਕ ਨਹੀਂ ਹੈਗੇ, ਰੋਡ ਚੰਗੇ ਬਣਾਏ ਜਾਣ। ਜੇ ਰੋਡ ਚੰਗੇ ਬਣਦੇ ਨੇ ਤਾਂ ਉਹਨਾਂ ਰੋਡਾਂ ਦੇ ਉੱਤੇ ਗੱਡੀਆਂ ਦੀ ਸਪੀਡ ਲਿਮਿਟ ਆ ਜਿਹੜੀ ਉਹ ਇੰਨੀ ਹੋ ਜਾਂਦੀ ਆ ਕਿ ਮੋੜਾਂ 'ਤੇ ਪਤਾ ਵੀ ਨਹੀਂ ਲੱਗਦਾ ਕਿ ਮੋੜ ਆ ਗਿਆ, ਫਿਰ ਉਹ ਮੁੜਦੀਆਂ ਨਹੀਂ। ਇੱਥੋਂ ਗੱਡੀ ਅਤੇ ਬ੍ਰੇਕ ਤੁਸੀਂ ਦੇਖ ਰਹੇ ਹੋ ਲੱਗੇ ਪਏ ਨੇ, ਪਰ ਫਿਰ ਵੀ ਗੱਡੀ ਇੰਨੀ ਤੇਜ਼ ਸੀਗੀ, ਬੇਕੰਟਰੋਲ ਹੋ ਕੇ ਦੁੱਧ ਦਾ ਭਰਿਆ ਵਾ ਟੈਂਕਰ ਦੁਕਾਨਾਂ 'ਚ ਜਾ ਕੇ ਵੜ ਜਾਂਦਾ। ਇੱਕ ਭਾਂਡਿਆਂ ਵਾਲੀ ਦੁਕਾਨ ਸੀਗੀ, ਹੋਰ ਕਈ ਦੁਕਾਨਾਂ ਸੀਗੀਆਂ ਜਿਨ੍ਹਾਂ ਦੇ ਅੱਗਿਓਂ ਸ਼ਟਰ ਭੰਨਦਾ ਹੋਇਆ ਕੰਟੇਨਰ ਅੰਦਰ ਵੜ ਜਾਂਦਾ ਹੈ। ਸੋ ਉਹਨੂੰ ਕੱਢਣ ਦੇ ਲਈ ਇੱਥੇ ਮਸ਼ੀਨਾਂ ਨੇ ਜਿਹੜੀਆਂ ਉਹ ਵੀ ਆ ਚੁੱਕੀਆਂ ਨੇ। ਸੋ ਦੁਕਾਨ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਕੀ ਕਾਰਨ ਆ ਸਭ ਜਾਣਨ ਦੀ ਕੋਸ਼ਿਸ਼ ਕਰਾਂਗੇ, ਕਿਉਂ ਇੱਦਾਂ ਹੋ ਰਿਹਾ ਹੈ, ਕਿੰਨਾ ਕੁ ਨੁਕਸਾਨ ਹੋਇਆ ਹੈ, ਕੀ ਆ ਇਹ ਸਾਰੀ ਗੱਲ ਜਾਣਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਕੀ ਫਤਿਹ ਜੀ। ਇਹ ਪਹਿਲਾਂ ਤਾਂ ਸਭ ਤੋਂ ਪਹਿਲਾਂ ਜੀ ਇਹ ਕਿੰਨੇ ਕੁ ਵਜੇ ਦਾ ਵਾਕਿਆ ਹੈ ਜਿਹੜਾ ਇਹ ਹੋਇਆ ਹੈ? ਇਹ ਕੋਈ 1:30 ਤੋਂ 2 ਵਜੇ ਦਰਮਿਆਨ ਰਾਤ ਦਾ ਜੀ, ਸਵੇਰ 1:30 ਤੋਂ 2 ਵਜੇ ਦਾ। ਅੱਛਾ ਜੀ, ਹਾਂਜੀ। ਤੇ ਤੁਹਾਨੂੰ ਕਦੋਂ ਪਤਾ ਲੱਗਦਾ? ਰਾਤ ਹੀ ਪਤਾ ਲੱਗ ਗਿਆ ਸੀ? ਹਾਂਜੀ, 15-20 ਮਿੰਟ ਬਾਅਦ ਇੱਥੋਂ ਗੁਆਂਢੀਆਂ ਨੇ ਫੋਨ ਕਰਤਾ ਸੀਗਾ, ਦੁਕਾਨ 'ਚ ਟਰੱਕ ਵੜ ਗਿਆ ਕਿ ਦੇਖ ਲਓ ਜੀ, ਆ ਕੇ ਸਾਂਭ ਲਓ ਆਪਣਾ। ਕੀ ਕਾਰਨ ਕੀ ਆ ਬਾਈ ਜੀ? ਅੱਜ ਤੋਂ 28 ਤਰੀਕ ਸੀਗੀ, ਪਿਛਲੇ
ਕਹਿੰਦੇ 2 ਮਹੀਨੇ ਬੀਤ ਚੁੱਕੇ ਨੇ, ਉਦੋਂ ਵੀ ਇੱਕ ਗੱਡੀ ਇੱਥੇ ਵੜ ਗਈ ਸੀਗੀ ਅੰਦਰ ਆ ਕੇ ਦੁਕਾਨਾਂ 'ਚ, ਅਤੇ ਹੁਣ ਇਹ ਟਰੱਕ ਬਹੁਤ ਵੱਡਾ, ਉਦੋਂ ਇੰਨਾ ਨੁਕਸਾਨ ਨਹੀਂ ਸੀਗਾ ਜਿੰਨਾ ਹੁਣ ਨੁਕਸਾਨ ਦਿਖਾਈ ਦੇ ਰਿਹਾ, ਇਹ ਸਾਰਾ ਭੰਨ ਕੇ ਅੱਗੇ ਤੱਕ ਦੁਕਾਨਾਂ ਦਾ ਬਹੁਤ ਨੁਕਸਾਨ ਹੋਇਆ, ਕਾਰਨ ਕੀ ਮੰਨਦੇ ਹੋ? ਕਾਰਨ ਜ਼ਿਆਦਾ ਰੋਡ ਦਾ ਮੰਨ ਲਓ ਜੀ, ਰੋਡ ਨਵਾਂ ਬਣਨ ਕਰਕੇ ਹਜੇ ਕੋਈ ਇਹਦੇ ਇੰਡੀਕੇਸ਼ਨ ਹੈ ਨਹੀਂ ਗੇ, ਜਿਹੜੇ ਪਹਿਲਾਂ ਲੱਗੇ ਹੋਏ ਸੀ ਪੁਰਾਣੇ ਰੋਡ 'ਤੇ, ਉਹਦਾ ਨਵਾਂ ਰੋਡ ਕੰਸਟਰਕਸ਼ਨ ਹੋਇਆ, ਉਹ ਸਾਰੇ ਇੰਡੀਕੇਸ਼ਨ ਪੱਟੇ ਗਏ, ਉਸ ਤੋਂ ਬਾਅਦ ਹਜੇ ਕੋਈ ਨਵੇਂ ਇੰਡੀਕੇਸ਼ਨ ਲੱਗੇ ਨਹੀਂ, ਕੋਈ ਇੱਥੇ ਸਾਈਨ ਬੋਰਡ ਵੀ ਨਹੀਂ ਲੱਗੇ ਪਏ ਵੀ ਅੱਗੇ ਮੋੜ ਹੈ ਜਾਂ ਕੁਛ ਹੈ, ਇੱਦਾਂ ਦਾ ਵੀ ਕੁਛ ਨਹੀਂ ਲੱਗਿਆ? ਇਹ ਹਜੇ ਰੀਸੈਂਟਲੀ ਰੋਡ ਨਵਾਂ ਬਣਿਆ ਨਾ, 6 ਮਹੀਨੇ ਪਹਿਲਾਂ ਜਦੋਂ ਪੁਰਾਣੇ ਰੋਡ 'ਤੇ ਸਭ ਕੁਝ ਲੱਗਿਆ ਹੋਇਆ ਸੀਗਾ, ਉਸ ਤੋਂ ਬਾਅਦ ਜਦੋਂ ਹੁਣ ਨਵਾਂ ਰੋਡ ਬਣਨ ਤੋਂ ਬਾਅਦ ਹਜੇ ਕੋਈ ਇੰਡੀਕੇਸ਼ਨ ਹੈ, ਕੋਈ ਆਪਣੇ ਪਹਿਲਾਂ ਰੇਡੀਅਮ ਬ੍ਰੇਕਰ ਵੀ ਸੀਗੇ ਇਸ ਮੋੜ 'ਤੇ, ਹੁਣ ਉਹ ਵੀ ਕੁਛ ਨਹੀਂ ਹੈਗਾ, ਤਾਂ ਉੱਧਰੋਂ ਨਹੀਂ ਪਤਾ ਲੱਗਦਾ ਕਾਰ ਤੇਜ਼ ਹੁੰਦੀ ਹੈ ਜਾਂ ਅੱਖ ਲੱਗ ਜਾਂਦੀ ਹੈ ਡਰਾਈਵਰ ਦੀ, ਕੀ ਹੁੰਦਾ ਕੀ ਨਹੀਂ ਹੁੰਦਾ, ਉਸ ਕਰਕੇ ਬਸ ਸਿੱਧੀ ਸਪੀਡ 'ਤੇ ਆ ਕੇ ਬੰਦਾ ਸਿੱਧਾ ਬਣ ਜਾਂਦਾ, ਮੋੜ ਤੋਂ ਦਿਖਦਾ ਹੀ ਨਹੀਂ ਬਸ। ਕਿੰਨਾ ਕੁ ਨੁਕਸਾਨ ਕਿੰਨਾ ਕੁ ਲੱਗਦਾ ਜੀ? ਨੁਕਸਾਨ ਤੁਹਾਡੇ ਸਾਹਮਣੇ ਆ ਭਾਜੀ, ਕਿੰਨੀਆਂ ਦੁਕਾਨਾਂ ਦਾ ਨੁਕਸਾਨ ਹੋਇਆ? 4 ਦੁਕਾਨਾਂ ਦਾ ਨੁਕਸਾਨ ਹੈ ਜੀ, 4 ਦੁਕਾਨਾਂ ਦਾ, ਲੈਂਟਰ ਤੱਕ ਬੀਮ ਤੱਕ ਹਿੱਲੇ ਪਏ ਨੇ ਜੀ, ਲੈਂਟਰ ਵੀ ਗਿਰਨ ਦੇ ਤਿਆਰ ਹੈ, ਗੱਡੀ ਦੇ ਸਹਾਰੇ ਖੜਾ ਲੈਂਟਰ ਵੀ ਦੁਕਾਨ ਦਾ ਜੀ। ਅੱਛਾ ਜੀ, ਇਹ ਤਾਂ ਹੁਣ ਕੱਢਣ ਦਾ ਤਿਆਰੀ ਆ, ਸਾਰਾ ਲੈ ਆਏ ਨੇ ਆਪਣਾ, ਜੇ ਲਿਕੜਿਆ ਤਾਂ ਲੈਂਟਰ ਵੀ ਡਿੱਗ ਸਕਦਾ ਹੈ, ਬਿਲਕੁਲ ਬਿਲਡਿੰਗ ਗਿਰੂਗੀ ਜੀ, ਜੇ ਅੰਦਰ ਕੋਈ ਸਪੋਰਟ ਨਾ ਲੱਗੀ ਉਸ ਤੋਂ ਪਹਿਲਾਂ ਨਿਕਲ ਜਾਏ ਗੱਡੀ ਦਾ, ਬਿਲਡਿੰਗ ਗਿਰੂਗੀ ਜੀ, ਪਿੱਲਰ ਵਗੈਰਾ ਟੁੱਟ ਗਏ ਨੇ, ਬਿਲਕੁਲ ਜੀ, ਦੇਖ ਰਹੇ ਨੇ ਸਾਹਮਣੇ ਪਿੱਲਰ ਟੁੱਟੇ ਹੋਏ ਜੀ ਜੀ। ਸੋ ਇਹ ਹਾਲਾਤ ਨੇ ਜੀ, ਅਸੀਂ ਅੱਗੇ ਵੀ ਗੱਲ ਕਰਾਵਾਂਗੇ ਜਿਨ੍ਹਾਂ ਦੀ ਦੁਕਾਨ ਆ, ਅੱਗੇ ਕਾਫੀ ਨੁਕਸਾਨ ਹੋਇਆ ਏ, ਜੇ ਗੱਲ ਹੁੰਦੀ ਆ ਤਾਂ ਉਹਨਾਂ ਨਾਲ ਗੱਲ ਕਰਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ, ਬਹੁਤ ਜ਼ਿਆਦਾ ਨੁਕਸਾਨ ਆ ਜਿਹੜਾ ਦੁਕਾਨ ਦਾ ਹੋਇਆ ਏ। ਪਹਿਲਾਂ ਤਾਂ ਸੀਸਾ ਦੇਖ ਲਓ ਕਿਸ ਤਰ੍ਹਾਂ ਟੁੱਟਿਆ ਪਿਆ, ਸੀਸਾ ਹੀ ਸੀਸਾ ਦਿਖਾਈ ਦੇ ਰਿਹਾ ਏ, ਬਿਲਕੁਲ ਸੀਸਾ ਗਿੰਡਿਆ ਪਿਆ ਇੱਥੇ। ਸੋ ਵੀਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਗੱਲ ਹੁੰਦੀ ਆ। ਆ ਸਕਦੇ ਹੋ ਜੀ ਬਾਹਰ ਕਿਸੇ ਸਾਈਡ ਦੀ, 2 ਮਿੰਟ ਲਈ ਆ ਜਿਓ। ਸੋ ਇਹ ਤੁਹਾਨੂੰ ਇੱਕ ਵਾਰ ਦਿਖਾ ਦਈਏ ਕਿਸ ਤਰ੍ਹਾਂ ਦਾ ਨੁਕਸਾਨ ਆ, ਪਿੱਲਰ ਨੇ ਜਿਹੜੇ ਉਹ ਟੁੱਟ ਚੁੱਕੇ ਨੇ ਬਿਲਕੁਲ, ਗੱਡੀ ਦੇ ਸਹਾਰੇ ਹੀ ਕਹਿੰਦੇ ਸਾਰੀ ਬਿਲਡਿੰਗ ਖੜੀ ਆ, ਜੇ ਗੱਡੀ ਇੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬਿਲਡਿੰਗ ਵੀ ਸਾਰੀ ਗਿਰ ਸਕਦੀ ਆ ਇਹ। ਸੋ ਬਹੁਤ ਵੱਡਾ ਨੁਕਸਾਨ ਆ ਜਿਹੜਾ ਹੋ ਸਕਦਾ ਇਹ ਪਿੱਲਰ ਤੋੜ ਕੇ, ਬਿਲਕੁਲ ਗੱਡੀ ਦੁਕਾਨ ਦੇ ਅੰਦਰ ਵੜ ਚੁੱਕੀ ਆ, ਬਿਲਕੁਲ ਦੁਕਾਨ ਆ ਜਿਹੜੀ ਉਹ ਖਤਮ ਹੋ ਚੁੱਕੀ ਆ, ਤੁਸੀਂ ਦੇਖ ਰਹੇ ਹੋ ਤਸਵੀਰਾਂ। ਸੋ ਸੀਸਾ ਬਿਲਕੁਲ ਟੁੱਟ ਕੇ ਖਿਲਰਿਆ ਪਿਆ ਏ, ਸਾਰਾ ਸਟਰ ਟੁੱਟ ਚੁੱਕਿਆ ਏ, ਹਾਂਜੀ ਲੇਖੀ ਜੀ ਆ ਜਾਓ ਇੱਧਰਲੀ ਸਾਈਡ ਆ ਜਾਓ, ਇੱਧਰੋਂ ਗੇਸਟ ਪਊਗੀ। ਕਿਸ ਤਰ੍ਹਾਂ ਦੇਖਦੇ ਹੋ ਜੀ ਇਸ ਵਾਕਿਏ ਨੂੰ? ਇਹ ਬਹੁਤ ਮੰਦਭਾਗੀ ਘਟਨਾ ਹੈ, ਕਿਉਂਕਿ ਇਹ ਮੰਦਭਾਗੀ ਘਟਨਾ ਇਸ ਕਰਕੇ ਵੀ ਕਹਿ ਸਕਦੇ ਹਾਂ ਵੀ ਪਿਛਲੇ ਮਹੀਨੇ ਦੀ ਜਿਹੜੀ 28 ਤਰੀਕ ਲੰਘੀ ਸੀ, ਦਿਨ ਸ਼ਨੀਵਾਰ ਸੀ, ਉਦਣ ਵੀ ਇਸ ਤਰ੍ਹਾਂ ਹੀ ਇਹ ਗੱਲ ਨਹੀਂ ਸਮਝ ਆ ਰਹੀ ਵੀ ਜਿਹੜੀ ਇਹ ਗੱਡੀ ਹੈ, ਉੱਧਰ ਸ਼ਰਮਾ ਬੂਟ ਹਾਊਸ ਹੈ ਅਤੇ ਅਰ ਮਾਘੀ ਰਾਮ ਅਸ਼ੋਕ ਕੁਮਾਰ ਬਰਤਨ ਸਟੋਰ ਹੈ, ਇਹਨਾਂ ਦੀ ਪਹਿਲਾਂ ਵੀ ਇਸੇ ਤਰੀਕ ਨੂੰ ਇੱਥੇ ਗੱਡੀ ਬੜੀ ਸੀ, ਉਹ ਤਾਂ ਚਲੋ ਛੋਟੀ ਕਾਰ ਸੀਗੀ, ਪਰ ਅੱਜ ਤਾਂ ਇਹ ਬੜੀ ਗੱਡੀ ਹੈ, ਦੁੱਧ ਵਾਲੀ ਗੱਡੀ ਹੈ। ਦੇਖੋ ਇਹ ਵੜ ਗਈ ਅੰਦਰ, ਇਹ 4-5 ਦੁਕਾਨਾਂ ਨੇ ਨਾ, ਨੁਕਸਾਨ ਹੈ ਇਹ ਗੱਡੀ ਦੀ, ਜਿਹੜੀ ਜਿਹਦੇ ਉੱਪਰ ਬੀਮ ਖੜਿਆ ਹੈ ਬਸ ਉਹਦੇ 'ਤੇ ਖੜਾ ਹੈ। ਅਗਰ ਇਹ ਗੱਡੀ ਕੱਢਣ ਦੀ ਕੋਸ਼ਿਸ਼ ਕੀਤੀ ਜਾਊਗੀ ਤਾਂ ਮੇਰੇ ਸਾਥ ਇਹ ਹੋ ਸਕਦਾ ਵੀ ਸਾਰੀ ਬਿਲਡਿੰਗ ਗਿਰ ਜਾਵੇ, ਸਾਰੀ ਬਿਲਡਿੰਗ ਡਿੱਗ ਜਾਵੇ। ਹਾਂ, ਕਿਉਂਕਿ ਉੱਪਰ ਪਿੱਛੇ ਮਕਾਨ ਵੀ ਪਿਆ ਹੋਇਆ ਇਹਨਾਂ ਦਾ, ਇਹ ਹੋ ਸਕਦਾ ਵੀ ਜਦੋਂ ਇਹ ਗੱਡੀ ਕੱਢਣਗੇ। ਆ ਮੈਂ ਦੇਖ ਰਿਹਾ ਵੀ ਪਤਾ ਨਹੀਂ ਇਹਨਾਂ ਨੂੰ ਕੀ ਕਾਹਲੀ ਲੱਗੀ ਹੈ, ਆ ਮਸ਼ੀਨ ਮੰਗਾ ਰੱਖੀ ਹੈ ਇਹਨਾਂ ਨੇ, ਕਰੇਨ ਮੰਗਾ ਰੱਖੀ ਹੈ ਵੀ ਇਹਨੂੰ ਅਸੀਂ ਗੱਡੀ ਨੂੰ ਕੱਢਣਾ। ਹਜੇ ਕੋਈ ਗੱਲਬਾਤ ਨਹੀਂ ਆ ਕੇ ਕਰ ਰਿਹਾ, ਜਿਨ੍ਹਾਂ ਦੀ ਵੀ ਇਹ ਗੱਡੀ ਹੈ ਕੋਈ ਗੱਲਬਾਤ ਨਹੀਂ ਹੋਈ, ਕੋਈ ਕਿਸੇ ਨਾਲ ਮਾਲਕਾਂ ਨਾਲ ਕੋਈ ਗੱਲ ਨਹੀਂ ਹੋਈ, ਪਰ ਇਹ ਕਹਿੰਦੇ ਵੀ ਅਸੀਂ ਗੱਡੀ ਕੱਢਣੀ ਹੈ। ਇਹਨਾਂ ਨੂੰ ਹੁਣ ਉਹਨਾਂ ਦੇ ਮਾਲਕਾਂ ਨੇ, ਇਹ ਜਿਹੜਾ ਉਹਨਾਂ ਦਾ ਮੁੰਡਾ ਖੜਾ ਹੈ,
ਇਹਨੇ ਕਿਹਾ ਵੀ ਗੱਡੀਆਂ ਐ ਨਹੀਂ ਕੱਢਣੀ ਹੈਗੀ, ਹਜੇ ਕੱਢਦੇ ਆ, ਪਰ ਬਹੁਤ ਇਹ ਮੰਦਭਾਗੀ ਕੱਢਣਾ। ਕੀ ਮੰਨਦੇ ਹੋ ਲੇਖੀ ਜੀ? ਕਾਰਨ ਕੀ ਹੈ ਕਿ ਇਹ ਜਿਹੜਾ ਜੋ ਭਾਸੋਂ ਦਾ ਬਾਜ਼ਾਰ ਆ ਨਾ, ਇਹ ਹੁਣੇ ਪਿੱਛੇ ਜੇ ਇਹ ਰੋਡ ਨਵੀਂ ਬਣੀ ਜੀ, ਰੋਡ ਨਵੀਂ ਬਣਨ ਕਰਕੇ ਇਹਦੇ ਤੇ ਨਾ ਤਾਂ ਕੋਈ ਸਾਈਨ ਬੋਰਡ ਹੈ ਵੀ ਅੱਗੇ ਮੋੜ ਨੇ, ਜਾਂ ਕੋਈ ਰੈਂਪਾਂ ਬਣੀਆਂ ਹੋਈਆਂ, ਰੈਂਪ ਬਣੇ ਹੋਏ ਨੇ, ਜਾਂ ਕੋਈ ਸਪੀਡ ਬ੍ਰੇਕਰ ਬਣਾਇਆ ਹੋਇਆ, ਉਹ ਵੀ ਨਹੀਂ ਹੈ। ਇਹ ਪ੍ਰਸ਼ਾਸਨ ਨੂੰ ਚਾਹੀਦਾ ਹੈ ਵੀ ਇੱਥੇ ਇਹ ਜਿਹੜਾ ਜੋ ਭਾਸੋਂ ਦਾ ਮੇਨ ਚੌਂਕ ਹੈ, ਮੋੜ ਹੈ, ਇਹਨਾਂ ਦੇ ਆਲੇ ਦੁਆਲੇ ਇਹ ਦੇਖੋ ਬਾਕਾ, ਇਹ ਦੂਸਰੀ ਬਾਕਾ ਹੋਇਆ ਹੈ, ਕੱਲ ਨੂੰ ਹੋਰ ਵੀ ਹੋ ਸਕਦਾ ਕੁਛ, ਜਾਨੀ ਨੁਕਸਾਨ ਵੀ ਹੋ ਸਕਦਾ, ਜਾਨੀ ਨੁਕਸਾਨ ਵੀ ਹੋ ਸਕਦਾ। ਇਹ ਤਾਂ ਕੁਦਰਤੀ ਰਾਤ ਨੂੰ ਹੋਇਆ 1:30 ਵਜੇ, ਹੋ ਸਕਦਾ ਕੋਈ ਦੁਕਾਨਾਂ ਦੇ ਵਿੱਚ ਸੀਜ਼ਨ ਦੇ ਦਿਨ ਨੇ, ਦੇਖੋ ਇਹ ਬਰਤਨ ਸਟੋਰ ਹੈ, ਇਹਨਾਂ ਦੇ ਅੱਗੇ ਦੀਵਾਲੀ ਦਾ ਸੀਜ਼ਨ ਹੈ, ਅੰਦਰ ਵਰਕਰ ਵੀ ਹੋ ਸਕਦੇ ਨੇ, ਕੰਮ ਕਰਦੇ ਵੀ ਹੋ ਸਕਦੇ ਨੇ, ਇਹ ਤਾਂ ਕੁਦਰਤੀ ਗੱਲ ਹੈ ਵੀ ਕੋਈ ਹੈ ਨਹੀਂ ਸੀ ਬੰਦਾ ਅੰਦਰ, ਪਰ ਬਿਲਡਿੰਗ ਦਾ ਬਹੁਤ ਨੁਕਸਾਨ ਹੈ, ਅੰਦਰ ਸਮਾਨ ਬਹੁਤ ਹੈ, ਉਹਦਾ ਵੀ ਬਹੁਤ ਨੁਕਸਾਨ ਹੋਇਆ। ਦੇਖੋ ਹੁਣ ਇਹਦਾ ਕੀ ਬਣਦਾ ਹੈ, ਪਰ ਪ੍ਰਸ਼ਾਸਨ ਨੂੰ ਚਾਹੀਦਾ ਵੀ ਜਿਹੜੇ ਸੜਕ ਹੈ ਇਹਦੇ 'ਤੇ ਸਪੀਡ ਬ੍ਰੇਕਰ ਜ਼ਰੂਰ ਲਾਏ ਜਾਣ, ਕਿਉਂਕਿ ਇਹ ਹੁਣ ਦੂਸਰਾ ਵਾਕਾ ਹੋ ਗਿਆ, ਇਸੇ ਜਗ੍ਹਾ ਹੋਇਆ, ਇੱਦਾਂ ਹੀ ਹੋਇਆ, ਇਹ ਸਾਰੀਆਂ ਇਸੇ ਦੁਕਾਨਾਂ ਦਾ ਪਹਿਲਾਂ ਇਹ ਨੁਕਸਾਨ ਹੋਇਆ। ਮੈਂ ਤਾਂ ਇਹ ਮੰਨਦਾ ਵੀ ਇਹਨੂੰ ਪ੍ਰਸ਼ਾਸਨ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ, ਜਿਹੜਾ ਨੁਕਸਾਨ ਤਾਂ ਹੈਗਾ, ਦੇਖੋ ਇਹ ਕਿਸ ਤਰ੍ਹਾਂ ਨਿਬੜਦਾ, ਇਹ ਭਰਪਾਈ ਹੋਊਗੀ ਜੀ ਨੁਕਸਾਨ ਦੀ? ਲੱਗ ਰਿਹਾ ਦੇਖੋ ਦੇਣੀ ਚਾਹੀਦੀ ਆ, ਕਿਉਂਕਿ ਗਲਤੀ ਤਾਂ ਇਹਨਾਂ ਦੀ ਹੈ, ਕੋਈ ਦੁਕਾਨਾਂ ਤਾਂ ਕਿਤੇ ਚੱਲ ਕੇ ਨਹੀਂ ਜਾਂਦੀਆਂ, ਇਹ ਤਾਂ ਖੜੀਆਂ ਨੇ ਆਪਣੀ ਜਗ੍ਹਾ। ਇਹ ਤਾਂ ਜਿਹੜਾ ਬੰਦਾ ਗੱਡੀ ਚਲਾ ਰਿਹਾ, ਇਹ ਤਾਂ ਉਹਨੇ ਦੇਖਣਾ ਵੀ ਮੇਰੀ ਕਿਹੜੀ ਸਪੀਡ 'ਚ ਜਾਣਾ, ਕਿਹੜੀ 'ਚ ਨਹੀਂ ਜਾਣਾ, ਇਹਨੂੰ ਰੱਬ ਜਾਣੇ ਵੀ ਇਹ ਹਾਦਸਾ ਕਿਵੇਂ ਹੋਇਆ, ਉਹਨੂੰ ਨੀਂਦ ਆਈ ਆ ਡਰਾਈਵਰ ਨੂੰ ਜਾਂ ਕੀ ਹੋਇਆ। ਵੀ ਜਿਹੜਾ ਇਹ ਦੁੱਧ ਵਾਲਾ ਕੰਟੇਨਰ ਨੇ ਜੀ, ਇਹਨਾਂ ਦੀ ਸਪੀਡ ਲਿਮਿਟ ਹੁੰਦੀ ਹੈ, ਇਹ ਤਾਂ ਝੋਲ ਵੀ ਮਾਰਦਾ ਹੋਊਗਾ ਜੀ ਵਿੱਚ ਜਦੋਂ ਹੈਗਾ ਤੇਜ਼ ਜਾਣਗੇ। ਬਿਲਕੁਲ 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 ਇਹੀ ਗੱਲ ਹੋਇਆ, ਇਹਨਾਂ ਦੀ ਸਪੀਡ ਲਿਮਿਟ ਹੈ, ਹੋਣੀ ਹੈ, ਹੁਣ ਪਤਾ ਨਹੀਂ ਕਿੰਨੀ ਸਪੀਡ 'ਤੇ ਹੋਊਗਾ, ਕਿਉਂਕਿ ਅੰਦਰ ਤੁਸੀਂ ਗੱਡੀ ਦੇ ਅੰਦਰ ਵੜ ਕੇ ਦੇਖਿਆ ਜਾਊਗਾ ਵੀ ਇਹ ਕਿੰਨੀ ਸੂਈ 'ਤੇ ਖੜਾ ਹੈ ਜਾਂ ਪਿੱਛੇ ਮੁੜ ਗਿਆ, ਕੀ ਗੱਲ ਹੋਈ ਹੈ, ਪਰ ਨੁਕਸਾਨ ਬਹੁਤ ਜ਼ਿਆਦਾ ਜੀ। ਜਿਨ੍ਹਾਂ ਦੀ ਦੁਕਾਨ ਸੀ ਉਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਖਾਲਸਾ, ਕੀ ਨਾਮ ਹੈ ਜੀ? ਵਿੱਕੀ ਜੀ। ਵਿੱਕੀ ਜੀ, ਬਹੁਤ ਹੀ ਮੰਦਭਾਗੀ ਘਟਨਾ ਹੈ, ਪਹਿਲਾਂ ਵੀ ਨੁਕਸਾਨ ਹੋਇਆ ਸੀਗਾ, ਅਸੀਂ ਕਵਰ ਕਰਕੇ ਗਏ ਸੀਗੇ, ਤੇ ਦੁਬਾਰਾ ਫੇਰ ਉਹੀ ਤਰੀਕ ਨੂੰ 28 ਤਰੀਕ ਨੂੰ ਫੇਰ ਉਹੀ ਨੁਕਸਾਨ ਹੋਇਆ ਹੈ, ਕਿਸ ਤਰ੍ਹਾਂ ਦੇਖਦੇ ਹੋ ਜੀ, ਕਿੰਨਾ ਕੁ ਨੁਕਸਾਨ ਆ? ਨੁਕਸਾਨ ਬਹੁਤ ਜ਼ਿਆਦਾ ਜੀ, ਹਜੇ ਤਾਂ ਕੱਢਣ ਲੱਗੇ ਪਏ ਆ, ਮਤਲਬ ਸਾਰਾ 3 ਦੁਕਾਨਾਂ ਦੇ ਮਤਲਬ ਬੀਮ ਟੁੱਟ ਚੁੱਕੇ ਨੇ ਜੀ, ਤੇ ਕਾਫੀ ਮਤਲਬ ਸਮਾਨ ਵੀ ਕਾਫੀ, ਇਸ ਵਾਰੀ ਬਹੁਤ ਜ਼ਿਆਦਾ ਡੈਮੇਜ ਹੋਇਆ, ਕਿਉਂਕਿ ਹੈਵੀ ਗੱਡੀ ਸੀ, ਪਹਿਲਾਂ I-20 ਤੁਹਾਨੂੰ ਪਤਾ ਗੱਡੀ ਦਾ ਵੀ ਫਰਕ ਹੁੰਦਾ, ਫਿਰ ਇਹਦੇ 'ਚ ਲੋਡ ਸੀ ਪੂਰਾ 1200 ਲੀਟਰ ਦੇ ਲਗਭਗ ਜੀ, ਇਹਦੇ 'ਚ ਦੁੱਧ ਸੀਗਾ, ਉਹਦੇ ਕਰਕੇ ਵੀ ਜ਼ਿਆਦਾ ਹਿੱਟ ਬਹੁਤ ਦੱਬ ਕੇ ਕਰੀ ਹੈ। ਲਿਮਿਟ ਤਾਂ ਹੁਣ ਦੇਖੋ ਅੱਜ ਕੱਲ੍ਹ ਲਿਮਿਟ ਡਰਾਈਵਰਾਂ ਦੀ ਕੋਈ ਲਿਮਿਟ ਨਹੀਂ, ਉਹਨਾਂ ਨੇ ਤਾਂ ਗੱਲ ਹੋਈ ਹੈ ਜੀ, ਜਿਨ੍ਹਾਂ ਦੀ ਗੱਡੀ ਆ ਉਹਨਾਂ ਨਾਲ ਕੋਈ ਆਏ ਹੋਣਗੇ ਇੱਥੇ? ਹਾਂਜੀ ਆਏ ਵੀ ਨੇ। ਵੈਸੇ ਕੀ ਕਹਿ ਰਹੇ ਨੇ ਉਹ? ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਜੋ ਵੀ ਹੋਊਗਾ ਸਾਨੂੰ ਦੱਸੋ ਤੁਸੀਂ ਵੀ ਮੁਆਵਜ਼ਾ, ਅਸੀਂ ਜੋ ਵੀ ਤੁਹਾਡਾ ਬਣਦਾ ਜੈਨੂਅਨ ਵੀ ਦੇਵਾਂਗੇ ਅਸੀਂ। ਮੁਆਵਜ਼ਾ ਤਾਂ ਦੇ ਜਾਣਗੇ, ਜਿਹੜਾ ਨੁਕਸਾਨ ਹੋਇਆ ਏ ਇਹਦੀ ਮੁਰੰਮਤ ਲਈ ਵੀ ਲੰਬਾ ਟਾਈਮ ਕੰਮ ਚੱਲਣਾ ਜੀ, ਅੱਗੇ ਸੀਜ਼ਨ ਸੀਗਾ, ਤਿਉਹਾਰਾਂ ਦਾ ਸੀਜ਼ਨ ਸੀਗਾ, ਬਰਤਨਾਂ ਦੀ ਦੁਕਾਨ ਆ ਤੁਹਾਡੀ, ਤੁਹਾਡਾ ਤਾਂ ਉਹ ਵੀ ਸਾਰਾ ਸੀਜ਼ਨ ਲੰਘ ਗਿਆ ਜੀ, ਮਾਲ ਵੀ ਉਹਦੇ ਕਰਕੇ ਤੁਸੀਂ ਨਵਾਂ ਪਾਇਆ ਹੋਊ? ਹਾਂਜੀ ਹਾਂ, ਹੁਣ ਗੱਡੀ ਤੇ ਗੱਡੀਆਂ ਤਾਂ ਮਾਲ ਦੀਆਂ ਆ ਰਹੀਆਂ ਸੀਗੀਆਂ, ਤੇ ਗਾਂ ਦੁਸ਼ਹਿਰਾ ਆ ਗਿਆ, ਦੀਵਾਲੀ ਸਾਡਾ ਤਾਂ ਮੇਨ ਤਿਉਹਾਰ ਹੈ ਸਾਲ ਦਾ ਇਹ, ਹੁਣ ਜਿਹੜੇ 10-15 ਦਿਨ ਨੁਕਸਾਨ ਹੋਣਾ ਉਹਦਾ ਹੁਣ ਦੱਸੋ ਕੁਛ ਨਹੀਂ ਹੱਲ। ਕਾਰਨ ਕੀ ਮੰਨਦੇ ਹੋ ਵੀਰ ਜੀ, ਕਿਉਂ ਇੱਦਾਂ ਹੋ ਰਿਹਾ ਹੈ? ਮੋੜ ਤੇ ਕੋਈ ਸਪੀਡ ਬ੍ਰੇਕਰ ਨਹੀਂ ਜਾਂ ਕੋਈ ਸਾਈਨ ਬੋਰਡ ਨਹੀਂ ਹੈਗੇ, ਕਾਰਨ ਕੀ ਮੰਨਦੇ ਹੋ? ਕੁਛ ਵੀ ਨਹੀਂ ਹੈ ਵੀਰ ਜੀ, ਤੁਸੀਂ ਦੱਸੋ ਉਰੇ 170-170 ਤੇ ਤਾਂ ਗੱਡੀਆਂ ਆ ਰਹੀਆਂ ਨੇ, ਕੋਈ ਸਾਈਨ ਕਿਹੜਾ ਹੈ ਜੀ ਉਰੇ? ਕੁਛ ਵੀ ਨਹੀਂ ਹੈਗਾ, ਨਾ ਸਪੀਡ ਬ੍ਰੇਕਰ ਹੈ, ਨਾ ਕੋਈ ਸਾਈਨ ਲਾਇਆ ਹੈ, ਮਤਲਬ ਕਿਸੇ ਕਿਸਮ ਦੀ ਸਰਕਾਰ ਵੱਲੋਂ ਕੋਈ ਸੁਵਿਧਾ ਨਹੀਂ ਹੈ।
ਜਦ ਕਿ ਕਮੇਟੀ ਨੂੰ ਬਹੁਤ ਵਾਰੀ ਅਸੀਂ ਲਿਖ ਕੇ ਪ੍ਰਧਾਨ ਜੀ ਨੇ ਸਾਡੇ ਉਹਨਾਂ ਨੇ ਦੇ ਚੁੱਕੇ ਨੇ ਵੀ ਉਰੇ ਸਪੀਡ ਬ੍ਰੇਕਰ ਜਾਂ ਕੋਈ ਲਾਇਆ ਜਾਵੇ ਕੁਛ ਵੀ ਜਿਵੇਂ ਧੁੰਦ ਆਉਂਦੀ ਹੈ ਹੁਣ ਧੁੰਦ ਇਹ ਤਾਂ ਆਮ ਗੱਡੀ ਲੱਗੀ ਹੁਣ ਗਾਹਾਂ ਦੇਖੋ ਸਰਦੀ ਦਾ ਮੌਸਮ ਆਉਣਾ ਕੋਹਰਾ ਕਿੰਨਾ ਜੰਮਣਾ ਕੋਹਰੇ 'ਚ ਤਾਂ ਜਮਾਂ ਹੀ ਗੱਡੀਆਂ ਫਿਰ ਤਾਂ ਅੰਦਰ ਲੰਘੀ ਜਾਣਗੀਆਂ ਮੈਂ ਬਣਾਈ ਜਾਊਂਗਾ ਇਹ ਟੁੱਟੀ ਜਾਣਗੀਆਂ ਮੈਂ ਹੁਣ ਕਿੰਨਾ ਕੁ ਨੁਕਸਾਨ ਕਰ ਲਾਂ ਦੁਕਾਨਦਾਰ ਅਕਸਰ ਤੁਹਾਨੂੰ ਵੀ ਪਤਾ ਹੈ ਸਾਰਾ ਦਿਹਾੜੀ ਕੁੱਤੇ ਭਗਾਈ ਕਰਨੀ ਪੈਂਦੀ ਆ ਤਾਂ ਜਾ ਕੇ ਸ਼ਾਮ ਨੂੰ ਪੈਸੇ ਦੇਖਦੇ ਹਾਂ ਨੁਕਸਾਨ ਕਿੰਨੇ ਦਾ ਲੱਗ ਰਿਹਾ ਹੈ ਕਿੰਨਾ ਕੁ ਗੈਸ ਤੁਸੀਂ ਕਰ ਸਕਦੇ ਹੋ ਕਿ ਨੁਕਸਾਨ ਹੋਊਗਾ ਮੇਰਾ ਆਈਡੀਆ ਜੀ ਵੀ 6-7 ਲੱਖ ਰੁਪਏ ਦਾ ਮੇਰਾ ਇਸ ਵਾਰੀ ਨੁਕਸਾਨ ਹੋ ਗਿਆ ਜਿਵੇਂ ਪਿਛਲੀ ਵਾਰ 3.5 ਲੱਖ ਦਾ ਸੀਗਾ ਜੀ ਇਸ ਵਾਰੀ ਬਹੁਤ ਨਾਲ ਵਾਲੀ ਸ਼ੋਪ ਵੀ ਆਪਣੀ ਡੈਮੇਜ ਹੋ ਗਈ ਨਾ ਬਹੁਤ ਜ਼ਿਆਦਾ ਤੇ ਹੁਣ ਜੇ ਕੱਢਣਗੇ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਜਿੱਦਾਂ ਲੇਖੀ ਜੀ ਦੱਸ ਰਹੇ ਸੀ ਹੋ ਸਕਦਾ ਜੀ ਹੁਣ ਦੇਖ ਰਹੇ ਹਾਂ ਉਹੀ ਇਹ ਤਾਂ ਆਪਾਂ ਇੱਕ ਚਲੋ ਰਫ ਆਈਡੀਆ ਹੈ ਤੇ ਨੁਕਸਾਨ ਪਿਛਲਾ ਉਹ ਵਾਲਾ ਲੈਂਟਰ ਵੀ ਟੁੱਟ ਗਿਆ ਸਾਡਾ ਨਾਲ ਵਾਲੀ ਦੁਕਾਨ ਪਹਿਲਾਂ ਪਿਛਲੀ ਵਾਰੀ ਉਹ ਨਹੀਂ ਸੀਗੀ ਹੁਣ ਉਹ ਵੀ ਡੈਮੇਜ ਹੋ ਗਈ ਉਹਦਾ ਬਿਲਡਿੰਗ ਸਾਰਾ ਮਤਲਬ ਦੁਬਾਰਾ ਹੀ ਬਣੇਗੀ ਤੁਸੀਂ ਤੁਹਾਨੂੰ ਕਿੰਨੇ ਵਜੇ ਪਤਾ ਲੱਗਦਾ ਜੀ ਤੁਹਾਡੀ ਰਹਿਸ਼ ਕਿੱਥੇ ਹੈ ਇੱਥੇ ਹੈ ਨਹੀਂ ਮੇਰੀ ਪਟਿਆਲੇ ਹੈ ਜੀ ਅੱਛਾ ਜੀ ਤੇ ਹੁਣ ਮੈਨੂੰ ਤਾਂ ਜਦੇ ਚਲੋ ਫੋਨ ਆ ਗਿਆ ਸੀਗਾ ਆਪਣੇ ਬਾਜ਼ਾਰ ਚੋਂ ਹੀ ਵੀ ਐਂ ਕਰਕੇ ਵੀ ਦੁਬਾਰਾ ਇਹ ਹੋ ਗਿਆ ਕੰਮ ਤੇ ਫਿਰ ਤੁਰੰਤ ਹੀ ਆ ਗਿਆ ਸੀ ਮੈਂ ਮਤਲਬ 2:30 ਵਜੇ ਮੈਂ ਪਹੁੰਚ ਗਿਆ ਸੀ ਹਾਂਜੀ ਮੈਂ ਤਾਂ ਰਾਤ ਦੀ ਦਿਨ ਨੂੰ ਵੀ ਹੋ ਸਕਦਾ ਨੁਕਸਾਨ ਤਾਂ ਦਿਨ ਨੂੰ ਕਿਹੜੇ ਪੁਲਿਸ ਖੜੀ ਦੀ ਵੀ ਆ ਉਹ ਹੋਊਗਾ ਰਾਤ ਦਿਨ ਨੂੰ ਵੀ ਲੱਗ ਸਕਦੀ ਹੈ ਜਾਨੀ ਨੁਕਸਾਨ ਵੀ ਹੋ ਸਕਦਾ ਜੀ ਹਾਂ ਦਿਨ ਨੂੰ ਹੋ ਸਕਦਾ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਰੋਡ ਤੇ ਕੋਈ ਸਪੀਡ ਬ੍ਰੇਕਰ ਨਹੀਂ ਕੋਈ ਸਾਈਨ ਬੋਰਡ ਨਹੀਂ ਹੈਗਾ ਆ ਪਈ ਹੈ 20 ਦਿਨ ਹੋਣੇ ਪਹਿਲਾਂ ਹੋਇਆ ਮਹੀਨਾ ਹੋਇਆ ਨਹੀਂ ਜੇ ਇਹਦਾ ਦਿਨ ਨੂੰ ਵੀ ਹੋ ਸਕਦਾ ਰਾਤ ਦਾ ਰਾਤ ਬੰਦਾ ਵਿਚਾਰਾ ਦਿਨ ਨੂੰ ਦੁਕਾਨ ਤੇ ਬੈਠਾ ਹੋਵੇ ਦਿਨ ਨੂੰ ਵੀ ਹੋ ਸਕਦਾ ਇਹ ਕੰਮ ਸੋ ਬਿਲਕੁਲ ਸਾਟਰ ਟੁੱਟ ਚੁੱਕੇ ਨੇ ਨੀਚਿਓਂ ਵੀ ਸਾਰਾ ਜਿਹੜਾ ਫਰਸ਼ ਸੀਗਾ ਉਹ ਪੱਟਿਆ ਗਿਆ ਇੰਨੀ ਤੇਜ਼ ਰਫਤਾਰ ਗੱਡੀ ਸੀਗੀ ਜਿਹੜੀ ਇਹ ਦੁਕਾਨ ਦੇ ਵਿੱਚ ਵੜੀ ਆ ਦੁਕਾਨ ਬਿਲਕੁਲ ਡੈਮੇਜ ਹੋ ਚੁੱਕੀ ਆ ਮੈਨੇਜਮੈਂਟ ਵੱਲੋਂ ਦੁੱਧ ਤਾਂ ਸਾਂਭਿਆ ਜਾ ਰਿਹਾ ਇਹ ਸਾਰਾ ਕੰਮ ਕੀਤਾ ਜਾ ਰਿਹਾ ਇੱਥੇ ਗੱਡੀਆਂ ਆ ਗਈਆਂ ਨੇ ਗੱਡੀ ਕੱਢਣ ਦੇ ਲਈ ਜਿਹੜੀਆਂ ਮਸ਼ੀਨਾਂ ਨੇ ਉਹ ਮੰਗਵਾ ਲਈਆਂ ਗਈਆਂ ਨੇ ਪਰ ਦੱਸਣ ਦੇ ਮੁਤਾਬਕ ਇੱਥੇ ਕੋਈ ਵੱਡਾ ਨੁਕਸਾਨ ਹੋਰ ਵੀ ਹੋ ਸਕਦਾ ਹੈ ਜਿਹੜੀਆਂ ਲੈਂਟਰ ਨੇ ਉਹ ਟੁੱਟ ਚੁੱਕੇ ਨੇ ਕਹਿੰਦੇ ਪਿੱਲਰ ਟੁੱਟ ਚੁੱਕੇ ਨੇ ਸੋ ਮੈਨੇਜਮੈਂਟ ਦੇ ਜੇ ਅਧਿਕਾਰੀ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਹੈਗਾ ਜੀ ਕੋਈ ਮੈਨੇਜਮੈਂਟ ਦਾ ਇੱਥੇ ਜਿਨ੍ਹਾਂ ਦੀਆਂ ਗੱਡੀਆਂ ਨੇ ਇਹ ਹਾਂਜੀ ਵੀਰ ਜੀ ਇੱਥੇ ਆ ਜਾਓ ਜੀ ਇੱਧਰ ਆ ਜਾਓ ਕੀ ਨਾਮ ਹੈ ਜੀ ਸ਼ਿਵ ਕੁਮਾਰ ਸ਼ਿਵ ਕੁਮਾਰ ਜੀ ਕੀ ਕਾਰਨ ਹੋਇਆ ਡਰਾਈਵਰ ਗੈਰ ਗੱਲ ਹੋਈ ਹੋਊਗੀ ਡਰਾਈਵਰ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਡਰਾਈਵਰ ਕੀ ਕਾਰਨ ਕੀ ਹੋਇਆ ਜੀ ਬਸ ਕੋਈ ਬਾਈਕ ਵਾਲਾ ਅੱਗੋਂ ਓਵਰਟੇਕ ਕਰਦਾ ਸੀਗਾ ਉਹਨਾਂ ਦੀ ਵਜ੍ਹਾ ਨਾਲ ਗੱਡੀ ਦਾ ਬੈਲੈਂਸ ਵਿਗੜ ਗਿਆ ਠੀਕ ਹੈ ਵੈਸੇ ਡਰਾਈਵਰ ਨੇ ਪਿੱਛੋਂ ਬ੍ਰੇਕ ਮਾਰਨ ਦੀ ਬਹੁਤ ਕੋਸ਼ਿਸ਼ ਕੀਤੀ ਹੈ ਰੋਡ ਤੇ ਨਿਸ਼ਾਨ ਵੀ ਨੇ ਚਲੋ ਕੋਈ ਜਾਣ ਕੇ ਤਾਂ ਨਹੀਂ ਕਰਨਾ ਚਾਹੁੰਦਾ ਕੋਈ ਵੀ ਬਸ ਫਿਰ ਹੁਣ ਡਰਾਈਵਰ ਨੂੰ ਕੀ ਕਹੀਏ ਜੀ ਕਿਹਨੇ ਗੱਡੀ ਕਿਹੜੀ ਇਹ ਹੈਗੀ ਹੈ ਜੀ ਕੰਪਨੀ ਦੀ ਕੀ ਨਹੀਂ ਇਹ ਸੁਪਰ ਐਚ ਐਫ ਗੋਬਿੰਦਗੜ ਮੰਡੀ ਠੀਕ ਹੈ ਜੀ ਨਾਭੇ ਤੋਂ ਆ ਰਹੀ ਸੀ ਨਹੀਂ ਨਹੀਂ ਇਹ ਸਰਸੇ ਤੋਂ ਆ ਰਹੀ ਹੈ ਜੀ ਸਰਸੇ ਤੋਂ ਆ ਰਹੀ ਸੀ ਹਾਂਜੀ ਹਾਂਜੀ ਤੇ ਹੁਣ ਨੁਕਸਾਨ ਬਹੁਤ ਜ਼ਿਆਦਾ ਕਹਿ ਰਹੇ ਨੇ ਕਿ ਹੋ ਗਏ 6-7 ਲੱਖ ਰੁਪਏ ਦਾ ਤਾਂ ਇਹਨਾਂ ਦਾ ਨੁਕਸਾਨ ਆ ਮਗਰ ਵੀ ਦੁਕਾਨਾਂ ਦਾ ਨੁਕਸਾਨ ਹੋਇਆ ਏ ਉਹਦੇ ਲਈ ਕੀ ਕਰ ਰਹੇ ਹੋ ਕੋਈ ਹੋਈ ਆ ਮੈਨੇਜਮੈਂਟ ਨਾਲ ਗੱਲ ਹੋਈ ਉਹ ਤਾਂ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਜੋ ਇਹਨਾਂ ਦਾ ਨੁਕਸਾਨ ਹੈ ਉਹ ਆਪਾਂ ਮੈਂ ਮਤਲਬ ਜੋ ਵੀ ਕੋਈ ਮਿਸਤਰੀ ਬੁਲਾ ਲਓ ਜੋ ਵੀ ਤੁਹਾਡੇ ਸਮਾਨ ਦੀ ਕੋਈ ਭਰਪਾਈ ਹੋ ਕਰਵਾ ਦਾਂਗੇ ਬਸ ਕਿੱਡੀ ਗੱਲ ਹੁਣ ਚਲੋ ਵੀ ਹੁਣ ਕੋਈ ਕਿਹਾ ਨਹੀਂ ਜਾਂਦਾ ਹੁਣ ਐਕਸੀਡੈਂਟ ਦਾ ਤਾਂ ਦੇਖੋ ਨਾ ਹੀ ਮਾੜਾ ਵੀ ਆਪਾਂ ਕਹਿ ਦਈਏ ਵੀ ਚਲੋ ਪਾਣਾ ਵਰਤ ਗਿਆ ਚਲੋ ਆਪਾਂ ਇਹਨਾਂ ਨੁਕਸਾਨ ਇਹਨਾਂ ਦਾ ਦੇਵਾਂਗੇ ਜੀ ਤੇ ਉਹ ਕਹਿ ਰਹੇ ਨੇ ਕਿ ਸਾਡਾ ਤਾਂ ਸੀਜ਼ਨ ਸੀਗਾ ਨਵਾਂ ਮਾਲ ਪਾਇਆ ਸੀਗਾ ਅੱਗੇ ਦੀਵਾਲੀ ਆ ਰਹੀ ਆ ਉਹ ਵੀ ਸਾਰਾ ਸੀਜ਼ਨ ਜਾਊਗਾ ਕਿਉਂਕਿ ਇੰਨੀ ਜਲਦੀ ਤਾਂ ਰਿਪੇਅਰ ਵੀ ਨਹੀਂ ਹੋਣਾ ਉਹਦੇ ਲਈ ਵੀ ਕੁਝ ਕੀਤਾ ਜਾਊਗਾ ਦੇਖੋ ਇਹ ਤਾਂ ਹੁਣ ਕੰਪਨੀ ਦੇਖੋ ਜੀ ਕੀ ਉਹਨਾਂ ਮੈਨੇਜਮੈਂਟ ਕੀ ਡਿਸੀਜਨ ਲੈਂਦੀ ਹੈ ਕੀ ਗੱਲਬਾਤ ਕਰਦੀ ਹੈ ਜੀ ਉਹਨਾਂ ਨੂੰ ਬੁਲਾਵਾਂਗੇ ਗੱਲਬਾਤ ਕਰਾਵਾਂਗੇ ਇਹਨਾਂ ਨਾਲ ਸਾਰੀ ਜੋ ਇਹਨਾਂ ਦੀ ਭਰਪਾਈ ਉਹ ਕਰਵਾਵਾਂਗੇ ਕਿੰਨਾ ਦੁੱਧ ਸੀਗਾ ਇਹਦੇ ਵਿੱਚ
ਇਹਦੇ 20,000 ਲੀਟਰ ਸੀਗਾ ਜੀ। 1000 ਲੀਟਰ 20,000 ਲੀਟਰ 20,000 ਲੀਟਰ ਹਾਂਜੀ ਹਾਂਜੀ। ਸੋ ਮੈਨੇਜਮੈਂਟ ਕਹਿ ਰਹੀ ਹੈ ਕਿ ਜੋ ਵੀ ਨੁਕਸਾਨ ਹੋਇਆ ਉਹਦੀ ਭਰਪਾਈ ਕੀਤੀ ਜਾਊਗੀ, ਪਰ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ। ਪਹਿਲਾਂ ਵੀ ਇੱਥੇ ਇਸੇ ਤਰ੍ਹਾਂ ਜਿਹੜੀ I-20 ਗੱਡੀ ਆ ਉਹ ਦੁਕਾਨਾਂ ਦੇ ਵਿੱਚ ਆ ਵੜੀ ਸੀਗੀ ਅਤੇ ਉਦੋਂ ਵੀ ਕਾਫੀ ਨੁਕਸਾਨ ਹੋਇਆ ਸੀ ਅਤੇ ਦੁਬਾਰਾ ਫਿਰ 28 ਤਰੀਕ ਨੂੰ ਇਹ ਫਿਰ ਇਹ ਨੁਕਸਾਨ ਹੁੰਦਾ ਹੈ। ਹੁਣ ਕਿੱਦਾਂ ਭਰਪਾਈ ਹੁੰਦੀ ਆ, ਅੱਗੇ ਇੱਦਾਂ ਦਾ ਨੁਕਸਾਨ ਨਾ ਹੋਵੇ ਤਾਂ ਪ੍ਰਸ਼ਾਸਨ ਸਰਕਾਰ ਅੱਗੇ ਰੋਡਾਂ 'ਤੇ ਕਿੱਦਾਂ ਦੇ ਪ੍ਰਬੰਧ ਕਰਦੀ ਆ, ਕਿਉਂਕਿ ਮੇਨ ਬਾਜ਼ਾਰ ਦੇ ਵਿੱਚ ਇਹ ਨੁਕਸਾਨ ਨੇ ਜਿਹੜੇ ਹੋ ਰਹੇ ਨੇ, ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਇਹ। ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਜੇ ਇੱਦਾਂ ਦਾ ਵਾਕਿਆ ਕੋਈ ਦਿਨ ਦੇ ਵਿੱਚ ਹੋ ਜਾਵੇ। ਮੇਨ ਬਾਜ਼ਾਰ ਆ ਇਹ, ਅੱਗੇ ਕਿੱਦਾਂ ਦੀ ਭਰਪਾਈ ਕੀਤੀ ਜਾਂਦੀ ਆ, ਕਿੱਦਾਂ ਦੇ ਪ੍ਰਬੰਧ ਨੇ ਜਿਹੜੇ ਕੀਤੇ ਜਾਂਦੇ ਨੇ ਅਜਿਹੀਆਂ ਦੁਰਘਟਨਾਵਾਂ ਨੂੰ ਰੋਕਣ ਦੇ ਲਈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ। ਧੰਨਵਾਦ।